ਦੇਖੋ, ਉਹਨਾਂ ਦਾ ਜੇ ਲਿੰਕ ਨਹੀਂ ਹੈਗਾ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਵੀ ਉਹ ਗੁਰੂ ਘਰ ਜਾਣ, ਆਪਣਾ ਮੰਦਰ ਜਾਣ, ਹੈ ਨਾ। ਉੱਥੇ ਜਾ ਕੇ ਉਹ ਇਹੀ ਗੱਲ ਉੱਥੇ ਜਾ ਕੇ ਕਹਿਣ ਵੀ ਅਸੀਂ ਭਾਈ 17 ਦੀ ਇਲੈਕਸ਼ਨ 'ਚ ਅਸੀਂ ਡੋਰ ਟੂ ਡੋਰ ਕਰਦੇ ਹੁੰਦੇ ਸੀ, ਜਦੋਂ ਸਾਨੂੰ ਕੋਈ ਕਹਿ ਦਿੰਦਾ ਸੀ ਵੀ ਤੁਸੀਂ ਜੀ ਉਹਨਾਂ ਦੇ ਕੈਂਡੀਡੇਟ ਦੇ ਪਰਿਵਾਰਕ ਮੈਂਬਰ ਨੂੰ ਲੈ ਕੇ ਆਓ, ਕੈਂਡੀਡੇਟ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਲੈ ਕੇ ਆਓ, ਵੀ ਤਾਂ ਡੋਰ ਟੂ ਡੋਰ ਕਰਦੇ ਸੀ ਜਦੋਂ, ਅਤੇ ਉਦੋਂ ਇਹਨਾਂ ਇਹ ਸਾਨੂੰ ਨਾਲ ਭੇਜਦੇ ਹੁੰਦੇ ਸੀ ਵੀ ਇਹ ਜੀ ਸਾਡੀ ਮਾਸੀ ਦਾ ਮੁੰਡਾ, ਤੁਸੀਂ ਲੋਕਾਂ ਨੂੰ ਅਸੀਂ ਖੁਦ ਤਾਂ ਇੰਟਰੋਡਿਊਸ ਕਰਾਉਂਦੇ ਰਹੇ ਹਾਂ, ਤੁਸੀਂ ਉਹਨਾਂ ਨੂੰ ਪੁੱਛੋ ਵੀ ਨਹੀਂ ਕਰਾਉਂਦੇ ਸੀ, ਨਹੀਂ ਭੇਜਦੇ ਸਾਨੂੰ, ਮਤਲਬ ਕਿ ਹਰ ਗੱਲ ਨੂੰ ਉਸ ਤੋਂ ਬਾਅਦ ਉਹ ਗੱਲ ਦਾ ਜਵਾਬ ਨਹੀਂ ਦਿੰਦੇ। ਖੰਡਨ, ਤੁਸੀਂ ਕਿਹਾ ਵੀ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ, ਉਹੀ ਹਰਿੰਦਰ ਧਾਲੀਵਾਲ ਕਹਿ ਰਿਹਾ ਕਹਿੰਦਾ ਮੈਂ 10 ਸਾਲਾਂ ਦਾ ਮੀਥੇੜ ਦੇ ਘਰ ਰਹਿ ਰਿਹਾ ਅਤੇ ਹੁਣ ਵੀ ਇਲੈਕਸ਼ਨ ਉਹ ਮੀਥੇੜ ਦੇ ਘਰ ਰਹਿ ਕੇ ਲੜ ਰਿਹਾ। ਤੁਸੀਂ ਦੇਖੋ ਹੁਣ ਵੀ ਇਲੈਕਸ਼ਨ ਉਹ ਮੀਥੇੜ ਦੇ ਘਰ ਰਹਿ ਕੇ ਲੜ ਰਿਹਾ, ਅਤੇ ਮੈਨੂੰ ਐਂ ਦੱਸੋ ਵੀ ਭਾਈ ਕਿਹੜਾ ਉਹ ਵਰਕਰ ਆ ਜਿਹੜਾ ਕਿਸੇ ਲੀਡਰ ਦੇ ਘਰ 10 ਦਿਨ ਵੀ ਰਹਿ ਜੇ। ਮੀਤਹਿਰ ਨੇ ਕਿੰਨੇ ਕੁ ਵਰਕਰ ਨੇ ਜਿਹੜੇ ਬਰਨਾਲੇ ਦੇ ਉਹ 10 ਦਿਨ ਵੀ ਘਰ ਰੱਖੇ ਆ, ਅਤੇ ਕਿੰਨੇ ਕੁ ਉਹਦੇ ਦੋਸਤ ਨੇ, ਆਪਾਂ ਵੀ ਸਾਰੇ ਸਮਾਜ 'ਚ ਰਹਿਣਾ, ਕਿੰਨੇ ਕੁ ਆਪਣੇ ਦੋਸਤ ਨੇ ਜਿਹੜੇ ਮਹੀਨਾ ਮਹੀਨਾ 2-2 ਮਹੀਨੇ ਕਿਸੇ ਦੇ ਘਰ, ਪਰਿਵਾਰਕ ਮੈਂਬਰ ਹੀ ਘਰ ਰਹਿੰਦੇ ਹੁੰਦੇ ਆ, ਕੋਈ ਰਿਸ਼ਤੇਦਾਰ ਪਰਿਵਾਰਕ ਮੈਂਬਰ ਹੀ ਆਪਣੇ ਘਰ ਰਹਿੰਦੇ ਹੁੰਦੇ ਆ। ਸੋ 10 ਸਾਲਾਂ ਤੋਂ ਖੁਦ ਕੰਡੈਮ ਮੰਨ ਰਿਹਾ ਵੀ ਮੈਂ 10 ਸਾਲਾਂ ਤੋਂ ਇਸੇ ਘਰ ਰਹਿ ਰਿਹਾ, ਅਤੇ ਇਸੇ ਘਰ ਹੋਰ ਇਦੋਂ ਵੱਡਾ ਸਬੂਤ ਕੀ ਹੋਊਗਾ, ਉਸੇ ਘਰ ਰਹਿ ਕੇ ਉਹ ਇਲੈਕਸ਼ਨ ਲੜ ਰਹੇ। ਦੇਖੋ, ਉਹਨਾਂ ਦਾ ਜੇ ਲਿੰਕ ਨਹੀਂ ਹੈਗਾ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਵੀ ਉਹ ਗੁਰੂ ਘਰ ਜਾਣ, ਆਪਣਾ ਮੰਦਰ ਜਾਣ, ਹੈ ਨਾ। ਉੱਥੇ ਜਾ ਕੇ ਉਹ ਇਹੀ ਗੱਲ ਉੱਥੇ ਜਾ ਕੇ ਕਹਿਣ ਵੀ ਅਸੀਂ ਭਾਈ 17 ਦੀ ਇਲੈਕਸ਼ਨ 'ਚ ਅਸੀਂ ਡੋਰ ਟੂ ਡੋਰ ਕਰਦੇ ਹੁੰਦੇ ਸੀ, ਜਦੋਂ ਸਾਨੂੰ ਕੋਈ ਕਹਿ ਦਿੰਦਾ ਸੀ ਵੀ ਤੁਸੀਂ ਜੀ ਉਹਨਾਂ ਦੇ ਕੈਂਡੀਡੇਟ ਦੇ ਪਰਿਵਾਰਕ ਮੈਂਬਰ ਨੂੰ ਲੈ ਕੇ ਆਓ, ਕੈਂਡੀਡੇਟ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਲੈ ਕੇ ਆਓ, ਵੀ ਤਾਂ ਡੋਰ ਟੂ ਡੋਰ ਕਰਦੇ ਸੀ ਜਦੋਂ, ਅਤੇ ਉਦੋਂ ਇਹਨਾਂ ਇਹ ਸਾਨੂੰ ਨਾਲ ਭੇਜਦੇ ਹੁੰਦੇ ਸੀ ਵੀ ਇਹ ਜੀ ਸਾਡੀ ਮਾਸੀ ਦਾ ਮੁੰਡਾ, ਤੁਸੀਂ ਲੋਕਾਂ ਨੂੰ ਅਸੀਂ ਖੁਦ ਤਾਂ ਇੰਟਰੋਡਿਊਸ ਕਰਾਉਂਦੇ ਰਹੇ ਹਾਂ, ਤੁਸੀਂ ਉਹਨਾਂ ਨੂੰ ਪੁੱਛੋ ਵੀ ਨਹੀਂ ਕਰਾਉਂਦੇ ਸੀ, ਨਹੀਂ ਭੇਜਦੇ ਸਾਨੂੰ, ਮਤਲਬ ਕਿ ਹਰ ਗੱਲ ਨੂੰ ਉਸ ਤੋਂ ਬਾਅਦ ਉਹ ਗੱਲ ਦਾ ਜਵਾਬ ਨਹੀਂ ਦਿੰਦੇ। ਖੰਡਨ, ਤੁਸੀਂ ਕਿਹਾ ਵੀ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ, ਉਹੀ ਹਰਿੰਦਰ ਧਾਲੀਵਾਲ ਕਹਿ ਰਿਹਾ ਕਹਿੰਦਾ ਮੈਂ 10 ਸਾਲਾਂ ਦਾ ਮੀਥੇੜ ਦੇ ਘਰ ਰਹਿ ਰਿਹਾ ਅਤੇ ਹੁਣ ਵੀ ਇਲੈਕਸ਼ਨ ਉਹ ਮੀਥੇੜ ਦੇ ਘਰ ਰਹਿ ਕੇ ਲੜ ਰਿਹਾ। ਤੁਸੀਂ ਦੇਖੋ ਹੁਣ ਵੀ ਇਲੈਕਸ਼ਨ ਉਹ ਮੀਥੇੜ ਦੇ ਘਰ ਰਹਿ ਕੇ ਲੜ ਰਿਹਾ, ਅਤੇ ਮੈਨੂੰ ਐਂ ਦੱਸੋ ਵੀ ਭਾਈ ਕਿਹੜਾ ਉਹ ਵਰਕਰ ਆ ਜਿਹੜਾ ਕਿਸੇ ਲੀਡਰ ਦੇ ਘਰ 10 ਦਿਨ ਵੀ ਰਹਿ ਜੇ। ਮੀਤਹਿਰ ਨੇ ਕਿੰਨੇ ਕੁ ਵਰਕਰ ਨੇ ਜਿਹੜੇ ਬਰਨਾਲੇ ਦੇ ਉਹ 10 ਦਿਨ ਵੀ ਘਰ ਰੱਖੇ ਆ, ਅਤੇ ਕਿੰਨੇ ਕੁ ਉਹਦੇ ਦੋਸਤ ਨੇ, ਆਪਾਂ ਵੀ ਸਾਰੇ ਸਮਾਜ 'ਚ ਰਹਿਣਾ, ਕਿੰਨੇ ਕੁ ਆਪਣੇ ਦੋਸਤ ਨੇ ਜਿਹੜੇ ਮਹੀਨਾ ਮਹੀਨਾ 2-2 ਮਹੀਨੇ ਕਿਸੇ ਦੇ ਘਰ, ਪਰਿਵਾਰਕ ਮੈਂਬਰ ਹੀ ਘਰ ਰਹਿੰਦੇ ਹੁੰਦੇ ਆ, ਕੋਈ ਰਿਸ਼ਤੇਦਾਰ ਪਰਿਵਾਰਕ ਮੈਂਬਰ ਹੀ ਆਪਣੇ ਘਰ ਰਹਿੰਦੇ ਹੁੰਦੇ ਆ। ਸੋ 10 ਸਾਲਾਂ ਤੋਂ ਖੁਦ ਕੰਡੈਮ ਮੰਨ ਰਿਹਾ ਵੀ ਮੈਂ 10 ਸਾਲਾਂ ਤੋਂ ਇਸੇ ਘਰ ਰਹਿ ਰਿਹਾ, ਅਤੇ ਇਸੇ ਘਰ ਹੋਰ ਇਦੋਂ ਵੱਡਾ ਸਬੂਤ ਕੀ ਹੋਊਗਾ, ਉਸੇ ਘਰ ਰਹਿ ਕੇ ਉਹ ਇਲੈਕਸ਼ਨ ਲੜ ਰਹੇ। ਦੇਖੋ, ਉਹਨਾਂ ਦਾ ਜੇ ਲਿੰਕ ਨਹੀਂ ਹੈਗਾ ਤਾਂ ਉਹਨਾਂ ਨੂੰ ਪੁੱਛੋ ਤੁਸੀਂ ਵੀ ਉਹ ਗੁਰੂ ਘਰ ਜਾਣ, ਆਪਣਾ ਮੰਦਰ ਜਾਣ, ਹੈ ਨਾ। ਉੱਥੇ ਜਾ ਕੇ ਉਹ ਇਹੀ ਗੱਲ ਉੱਥੇ ਜਾ ਕੇ ਕਹਿਣ ਵੀ ਅਸੀਂ ਭਾਈ 17 ਦੀ ਇਲੈਕਸ਼ਨ 'ਚ ਅਸੀਂ ਡੋਰ ਟੂ ਡੋਰ ਕਰਦੇ ਹੁੰਦੇ ਸੀ, ਜਦੋਂ ਸਾਨੂੰ ਕੋਈ ਕਹਿ ਦਿੰਦਾ ਸੀ ਵੀ ਤੁਸੀਂ ਜੀ ਉਹਨਾਂ ਦੇ ਕੈਂਡੀਡੇਟ ਦੇ ਪਰਿਵਾਰਕ ਮੈਂਬਰ ਨੂੰ ਲੈ ਕੇ ਆਓ, ਕੈਂਡੀਡੇਟ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਲੈ ਕੇ ਆਓ, ਵੀ ਤਾਂ ਡੋਰ ਟੂ ਡੋਰ ਕਰਦੇ ਸੀ ਜਦੋਂ, ਅਤੇ ਉਦੋਂ ਇਹਨਾਂ ਇਹ ਸਾਨੂੰ ਨਾਲ ਭੇਜਦੇ ਹੁੰਦੇ ਸੀ ਵੀ ਇਹ ਜੀ ਸਾਡੀ ਮਾਸੀ ਦਾ ਮੁੰਡਾ, ਤੁਸੀਂ ਲੋਕਾਂ ਨੂੰ ਅਸੀਂ ਖੁਦ ਤਾਂ ਇੰਟਰੋਡਿਊਸ ਕਰਾਉਂਦੇ ਰਹੇ ਹਾਂ, ਤੁਸੀਂ ਉਹਨਾਂ ਨੂੰ ਪੁੱਛੋ ਵੀ ਨਹੀਂ ਕਰਾਉਂਦੇ ਸੀ, ਨਹੀਂ ਭੇਜਦੇ ਸਾਨੂੰ, ਮਤਲਬ ਕਿ ਹਰ ਗੱਲ ਨੂੰ ਉਸ ਤੋਂ ਬਾਅਦ ਉਹ ਗੱਲ ਦਾ ਜਵਾਬ ਨਹੀਂ ਦਿੰਦੇ। ਖੰਡਨ, ਤੁਸੀਂ ਕਿਹਾ ਵੀ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨਹੀਂ, ਉਹੀ ਹਰਿੰਦਰ ਧਾਲੀਵਾਲ ਕਹਿ ਰਿਹਾ ਕਹਿੰਦਾ ਮੈਂ 10 ਸਾਲਾਂ ਦਾ ਮੀਥੇੜ ਦੇ ਘਰ ਰਹਿ ਰਿਹਾ ਅਤੇ ਹੁਣ ਵੀ ਇਲੈਕਸ਼ਨ ਉਹ ਮੀਥੇੜ ਦੇ ਘਰ ਰਹਿ ਕੇ ਲੜ ਰਿਹਾ। ਤੁਸੀਂ ਦੇਖੋ ਹੁਣ ਵੀ ਇਲੈਕਸ਼ਨ ਉਹ ਮੀਥੇੜ ਦੇ ਘਰ ਰਹਿ ਕੇ ਲੜ ਰਿਹਾ, ਅਤੇ ਮੈਨੂੰ ਐਂ ਦੱਸੋ ਵੀ ਭਾਈ ਕਿਹੜਾ ਉਹ ਵਰਕਰ ਆ ਜਿਹੜਾ ਕਿਸੇ ਲੀਡਰ ਦੇ ਘਰ 10 ਦਿਨ ਵੀ ਰਹਿ ਜੇ। ਮੀਤਹਿਰ ਨੇ ਕਿੰਨੇ ਕੁ ਵਰਕਰ ਨੇ ਜਿਹੜੇ ਬਰਨਾਲੇ ਦੇ ਉਹ 10 ਦਿਨ ਵੀ ਘਰ ਰੱਖੇ ਆ, ਅਤੇ ਕਿੰਨੇ ਕੁ ਉਹਦੇ ਦੋਸਤ ਨੇ, ਆਪਾਂ ਵੀ ਸਾਰੇ ਸਮਾਜ 'ਚ ਰਹਿਣਾ, ਕਿੰਨੇ ਕੁ ਆਪਣੇ ਦੋਸਤ ਨੇ ਜਿਹੜੇ ਮਹੀਨਾ ਮਹੀਨਾ 2-2 ਮਹੀਨੇ ਕਿਸੇ ਦੇ ਘਰ, ਪਰਿਵਾਰਕ ਮੈਂਬਰ ਹੀ ਘਰ ਰਹਿੰਦੇ ਹੁੰਦੇ ਆ।
ਕੋਈ ਰਿਸ਼ਤੇਦਾਰ ਪਰਿਵਾਰਕ ਮੈਂਬਰ ਹੀ ਆਪਣੇ ਘਰ ਰਹਿੰਦੇ ਹੁੰਦੇ ਆ। ਸੋ 10 ਸਾਲਾਂ ਤੋਂ ਖੁਦ ਕੰਡੈਮ ਮੰਨ ਰਿਹਾ ਵੀ ਮੈਂ 10 ਸਾਲਾਂ ਤੋਂ ਇਸੇ ਘਰ ਰਹਿ ਰਿਹਾ ਅਤੇ ਇਸੇ ਘਰ ਹੋਰ ਇਦੋਂ ਵੱਡਾ ਸਬੂਤ ਕੀ ਹੋਊਗਾ, ਉਸੇ ਘਰ ਰਹਿ ਕੇ ਉਹ ਇਲੈਕਸ਼ਨ ਲੜ ਰਹੇ।